भगवंत मान नूं धूरी दे लोक चुणदे ने, पंजाब दे लोक चुणदे ने, तां बदलाव आएगा जां सिर्फ ये एक चोण जितण लई चोण स्टंट हुंदे ने? कोई बेरोजगार धरने दिया करूगा तां डंडे पैणगे जां नहीं पैण? कदे मोती महल दे मूहरे डंडे पैंदे ने, कदे खरड़, कदे मोरंडा, कई वारी चीज नहीं, स्थान ही चेंज हुंदे ने। ਕਾਲੀ ਕੋਈ ਇਹੋ ਜਿਹਾ ਕੰਮ ਨਹੀਂ ਹੋਏਗਾ ਕਿ ਡੰਡੇ ਪੈਣਗੇ ਜਾਂ ਉਹਨਾਂ ਨੂੰ ਧਰਨੇ। ਮੈਂ ਕਹੂੰਗੀ ਵੀ ਇਹ ਵੀ ਨਹੀਂ ਹੋਏਗਾ ਕਿ ਧਰਨੇ ਨਹੀਂ ਲਾਉਣੇ। ਵੀ ਗੱਲ ਸੀਗੀ ਕਿ ਤੁਹਾਨੂੰ ਟਿਕਟ ਮਿਲਣੀ ਚਾਹੀਦੀ ਸੀ, ਤੁਸੀਂ ਚਾਹੁੰਦੇ ਵੀ ਸੀਗੇ ਕਿ ਇਸ ਪਰਿਵਾਰ 'ਚ ਟਿਕਟ ਮਿਲੇ, ਪਰ ਭਗਵੰਤ ਮਾਨ ਸਾਰਾ ਸ਼ਹਿਰ ਹੀ ਉਰੇ ਦਾ MLA ਹੋਊਗਾ। ਪੂਰਾ ਜੋਸ਼ ਹੈ ਜੀ, ਪੂਰੇ ਐਨ ਉਤਸ਼ਾਹ ਹੈ ਵੀ ਅਸੀਂ ਸਰਕਾਰ ਬਣਾਈਏ ਪੂਰੇ ਪੰਜਾਬ ਦੇ ਵਿੱਚ, ਧੂਰੀ ਦੇ ਵਿੱਚ, ਔਰ ਬਹੁਤ ਪਿਆਰ ਮਿਲ ਰਿਹਾ ਹੈਗਾ ਭੈਣ ਜੀ ਨੂੰ, ਸਾਰੇ ਪਰਿਵਾਰ ਨੂੰ, ਸਾਨੂੰ ਸਾਰਿਆਂ ਨੂੰ। ਇਹ ਸਰਕਾਰ ਬਣਨੀ ਹੈ ਜੀ, ਔਰ ਬਦਲਾਅ ਆਉਣਾ ਹੈਗਾ। ਦਿੱਲੀ ਵਾਂਗੂ ਜੋ ਕੰਮ ਹੋ ਰਹੇ ਨੇ, ਪੰਜਾਬ ਦੇ ਵਿੱਚ ਵੀ ਕੰਮ ਹੋਣਗੇ, ਪੂਰੇ ਕੰਮ ਹੋਣਗੇ। ਦਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਰਣਬੀਰ ਸਿੰਘ ਰਾਣਾ, ਧੂਰੀ ਪਹੁੰਚੇ ਹੋਏ ਹਾਂ। ਧੂਰੀ ਜਿਹੜੀ ਆ ਹੌਟ ਸੀਟ ਹੈ ਭਗਵੰਤ ਮਾਨ, ਦਲਵੀਰ ਗੋਲਡੀ ਦੇ ਨਾਲ ਨਾਲ ਜਿਹੜੇ ਹੋਰ ਬਹੁਤ ਸਾਰੇ ਕੈਂਡੀਡੇਟ ਨੇ ਉਹ ਚੋਣ ਮੈਦਾਨ 'ਚ ਨੇ, ਅਤੇ ਇਸ ਵੇਲੇ ਡੋਰ ਟੂ ਡੋਰ ਜਿਹੜਾ ਪ੍ਰਚਾਰ ਹੈ ਉਹ ਭਗਵੰਤ ਮਾਨ ਦੇ ਭਾਬੀ ਜੀ ਹਰਪ੍ਰੀਤ ਕੌਰ ਨੇ, ਨਾਲ ਹੀ ਸਿੰਗਲਾ ਸਾਹਿਬ ਨੇ, ਨਰੇਸ਼ ਸਿੰਗਲਾ ਨੇ। ਗੱਲਬਾਤ ਕਰਦੇ ਹਾਂ, ਕਿਸ ਤਰ੍ਹਾਂ ਦਾ ਰਿਸਪੌਂਸ ਜਿਹੜਾ ਇਹ ਧੂਰੀ ਵਾਸੀਆਂ ਤੋਂ ਮਿਲ ਰਿਹਾ, ਤੁਸੀਂ ਡੋਰ ਟੂ ਡੋਰ ਜਾ ਰਹੇ ਹੋ? ਬਹੁਤ ਸੋਹਣਾ ਰਿਸਪੌਂਸ ਮਿਲ ਰਿਹਾ ਜੀ। ਅਸੀਂ ਕਈ ਦਿਨਾਂ ਤੋਂ ਲੱਗੇ ਹੋਏ ਹਾਂ, ਪਿਛਲੇ ਕਈ ਦਿਨਾਂ ਤੋਂ, ਬਿਲਕੁਲ ਲੋਕ ਨੇ ਜਿਹੜੇ ਉਹ ਆਪ ਮੁਹਾਰੇ ਅੱਗੇ ਹੋ ਹੋ ਕੇ ਕਹਿੰਦੇ ਨੇ ਕਿ ਇਸ ਵਾਰ ਤੁਸੀਂ ਫਿਕਰ ਨਾ ਕਰੋ, ਹੁਣ ਜਾਂ ਫਿਰ ਜਿੱਤ ਹੋਣੀ ਆ ਆਮ ਆਦਮੀ ਪਾਰਟੀ ਦੀ। ਬਦਲਾਅ ਹੋਏਗਾ ਇਸ ਵਾਰ? ਬਿਲਕੁਲ ਜੀ, ਬਿਲਕੁਲ ਹੋਏਗਾ ਜੀ। ਵੀਰ ਜੀ MP ਹੈ ਪਿਛਲੇ, ਜਿਵੇਂ 2014 ਤੋਂ ਲੈ ਕੇ ਇੱਕ MP ਹੁੰਦਿਆਂ ਵੀ ਉਹਨਾਂ ਨੇ ਦੱਸਿਆ ਕਿ MP ਦੀਆਂ ਕੀ ਕੀ ਜ਼ਿੰਮੇਵਾਰੀਆਂ ਹੁੰਦੀਆਂ ਨੇ, ਕਿਵੇਂ ਲੋਕਾਂ ਦੀ ਆਵਾਜ਼ ਹੈ ਜਿਹੜੀ ਪਾਰਲੀਮੈਂਟ ਦੇ ਵਿੱਚ ਪਹੁੰਚਾਈ ਜਾਂਦੀ ਹੈ ਉਹ ਬੋਲ ਰਹੇ ਆ ਮੁੱਦੇ। ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਬਹੁਤ ਜ਼ਿਆਦਾ ਉਹਨਾਂ ਨੇ ਜਨਤਾ ਦੇ ਜਿਹੜੇ ਸਵਾਲ ਜਵਾਬ ਹੈ ਉੱਥੇ ਰੱਖੇ ਆ। ਜੇ ਭਗਵੰਤ ਮਾਨ ਨੂੰ ਧੂਰੀ ਦੇ ਲੋਕ ਚੁਣਦੇ ਨੇ, ਪੰਜਾਬ ਦੇ ਲੋਕ ਚੁਣਦੇ ਨੇ, ਤਾਂ ਬਦਲਾਅ ਆਏਗਾ ਜਾਂ ਸਿਰਫ ਇਹ ਇੱਕ ਚੋਣ ਜਿੱਤਣ ਲਈ ਚੋਣ ਸਟੰਟ ਹੁੰਦੇ ਨੇ? ਬਿਲਕੁਲ ਨਹੀਂ ਜੀ, ਚੋਣ ਸਟੰਟ ਨਹੀਂ ਹੋਊਗਾ, ਇਹ ਤਾਂ ਅਸੀਂ ਸਾਰੇ ਦਾਅਵੇ ਨਾਲ ਕਹਿ ਸਕਦੇ ਹਾਂ। ਬਦਲਾਅ ਆਊਗਾ, ਬਾਕੀ ਲੋਕਾਂ ਦੀ ਜਿਹੜੀ ਉਮੀਦ ਹੈ ਬਿਲਕੁਲ ਉੱਤੇ ਆਮ ਆਦਮੀ ਪਾਰਟੀ ਖਰਾ ਉਤਰੇਗੀ। ਜੇ ਕੋਈ ਬੇਰੁਜ਼ਗਾਰ ਧਰਨੇ ਦਿਆ ਕਰੂਗਾ ਤਾਂ ਡੰਡੇ ਪੈਣਗੇ ਜਾਂ ਨਹੀਂ ਪੈਣਗੇ? ਨਹੀਂ ਨਹੀਂ ਜੀ, ਉਹ ਪੰਜਾਬ ਦੇ ਬੱਚੇ ਸਾਰੇ, ਇਹਨਾਂ ਦੇ ਆਪਣੇ ਬੱਚੇ ਨੇ ਜੀ, ਸਾਰੇ ਆਪਣੇ ਹੀ ਭੈਣ ਭਾਈ ਨੇ। ਬਿਲਕੁਲ ਨਹੀਂ, ਜਿਹੜਾ ਪਿਛਲੀਆਂ ਸਰਕਾਰਾਂ ਨੇ ਕੀਤਾ ਉਹ ਬਿਲਕੁਲ ਨਹੀਂ ਹੋਊਗਾ ਜੀ। ਉਸੇ ਕਦੇ ਮੋਤੀ ਮਹਿਲ ਦੇ ਮੂਹਰੇ ਡੰਡੇ ਪੈਂਦੇ ਨੇ, ਕਦੇ ਖਰੜ, ਕਦੇ ਮੋਰੰਡਾ, ਕਈ ਵਾਰੀ ਚੀਜ਼ਾਂ ਸਥਾਨ ਹੀ ਚੇਂਜ ਹੁੰਦੇ ਨੇ। ਬਿਲਕੁਲ ਨਹੀਂ ਜੀ, ਅੱਗੇ ਤੋਂ ਨਹੀਂ ਇਹੋ ਜਿਹਾ ਕੋਈ ਵੀ ਜਨਤਾ ਲਈ ਕੋਈ ਇਹੋ ਜਿਹਾ ਕੰਮ ਨਹੀਂ ਹੋਏਗਾ ਕਿ ਡੰਡੇ ਪੈਣਗੇ ਜਾਂ ਉਹਨਾਂ ਨੂੰ ਧਰਨੇ। ਮੈਂ ਕਹੂੰਗੀ ਵੀ ਇਹ ਵੀ ਨਹੀਂ ਹੋਏਗਾ ਕਿ ਧਰਨੇ ਨਹੀਂ ਲਾਉਣੇ ਪੈਣਗੇ। ਨੌਬਤ ਨਹੀਂ ਆਉਂਦੀ ਧਰਨੇ? ਨਹੀਂ ਨਹੀਂ ਨਹੀਂ, ਬਿਲਕੁਲ ਨਹੀਂ। ਕਿਉਂਕਿ ਜਦੋਂ ਆਪੋਜੀਸ਼ਨ 'ਚ ਹੁੰਦੀਆਂ ਨੇ ਪੋਲੀਟੀਕਲ ਪਾਰਟੀਆਂ ਜਾਂ ਪੋਲੀਟੀਕਲ ਲੋਕ, ਫਿਰ ਸੌਖਾ ਹੁੰਦਾ ਕਹਿਣਾ ਕਿਉਂਕਿ ਮੌਕਾ ਨਹੀਂ ਮਿਲਿਆ ਹੁੰਦਾ ਹੈਗਾ, ਤਾਂ ਦੂਜੀਆਂ ਪਾਰਟੀਆਂ ਜਿਹੜੀਆਂ ਨੇ ਉਹਨਾਂ ਤੋਂ ਫੁੱਲਫਿਲ ਨਹੀਂ ਹੋਇਆ ਜਿੰਨਾ ਹੋਣਾ ਚਾਹੀਦਾ ਸੀਗਾ, ਤਾਂ ਤੁਹਾਨੂੰ ਕਿਵੇਂ ਲੱਗਦਾ ਕਿ ਕਿਵੇਂ, ਕਿਉਂਕਿ ਪੰਜਾਬ 'ਤੇ 3 ਲੱਖ ਕਰੋੜ ਦਾ ਕਰਜ਼ਾ ਵੀ ਹੈ, ਪੰਜਾਬ ਹਰ ਚੀਜ਼ ਜਿਹੜੀ ਹੈ ਰਿਸੋਰਸਿਜ਼ ਨਾਲ ਚੱਲਣੀ ਹੁੰਦੀ ਹੈ? ਮੈਂ ਇੱਕੋ ਗੱਲ ਕਹੂੰਗੀ ਜੀ, ਜੇ ਸੋਚ ਤੇ ਨੀਅਤ ਸੱਚੀ ਹੈ ਤਾਂ ਸਾਰਾ ਕੁਝ ਹੋ ਸਕਦਾ। ਤੁਹਾਡੇ ਇੱਥੇ ਮੁਕਾਬਲੇ ਦਲਵੀਰ ਸਿੰਘ ਗੋਲਡੀ ਨੇ, ਉਹ ਕਹਿੰਦੇ ਨੇ ਕਿ ਮੈਂ ਧੂਰੀ ਦਾ ਏ, ਬਾਕੀ ਕੈਂਡੀਡੇਟ ਚਾਹੇ ਪ੍ਰਕਾਸ਼ ਚੰਦ ਗਰਗ ਹੋਣ ਚਾਹੇ ਭਗਵੰਤ ਮਾਨ ਹੋਣ, ਉਹ ਬਾਹਰਲੇ ਨੇ। ਦੇਖੋ, ਅਸੀਂ ਸਭ ਤੋਂ ਪਹਿਲਾਂ ਤਾਂ ਸਾਰੇ ਪੰਜਾਬੀ ਆ ਜੀ, ਪੰਜਾਬ ਲਈ ਸੋਚਦੇ ਆ, ਠੀਕ ਹੈ ਜੀ। ਵੀਰ ਜੀ ਵੀ ਪੰਜਾਬ 'ਚ ਹੀ ਜੰਮੇ ਪਲੇ ਆ, ਇੱਥੇ ਹੀ ਰਹਿ ਰਹੇ ਨੇਗੇ। ਜੇ ਉਹ ਇਹ ਕਹਿ ਰਹੇ ਨੇ ਕਿ ਮੈਂ ਧੂਰੀ ਦਾ ਜੀ, ਉਹਨਾਂ ਨੇ ਲੋਕਾਂ ਦੇ ਲਈ, ਧੂਰੀ ਦੇ ਲੋਕਾਂ ਲਈ ਕੰਮ ਕੀਤਾ, ਤਾਂ ਉਹ ਆਪਣੇ ਕੰਮਾਂ ਨੂੰ ਲੈ ਕੇ ਆਉਣ। ਵੀਰ ਜੀ ਆਪਣੀ ਸੋਚ ਨੂੰ ਅਤੇ ਆਪਣੇ ਕੰਮਾਂ ਨੂੰ ਲੈ ਕੇ ਆ ਰਹੇ ਹੈ, ਅਤੇ ਉਹ ਆਪਣੇ ਕੰਮਾਂ ਨੂੰ ਲੈ ਕੇ ਆਉਣ। ਪਿਆਰ ਮਿਲ ਰਿਹਾ ਧੂਰੀ ਦੇ ਲੋਕਾਂ ਦਾ? ਬਿਲਕੁਲ ਜੀ, ਬਹੁਤ ਜ਼ਿਆਦਾ ਪਿਆਰ। ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਅਸੀਂ ਘਰੇ ਆ ਕਿ ਕਿਸੇ ਸ਼ਹਿਰ 'ਚ ਆ ਕੇ ਪੰਜਾਬ 'ਚ ਆ, ਬਹੁਤ ਜ਼ਿਆਦਾ ਪਿਆਰ ਲੋਕਾਂ ਦਾ। ਭਗਵੰਤ ਮਾਨ 'ਤੇ ਤਾਂ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਪੰਜਾਬ ਦੇ ਪ੍ਰਧਾਨ ਵੀ ਨੇ ਅਤੇ CM ਫੇਸ ਵੀ ਨੇ, ਉਹਨਾਂ ਨੂੰ ਸਾਰੇ ਹਲਕਿਆਂ 'ਚ ਵੀ ਜਾਣਾ ਪੈਣਾ। ਧੂਰੀ ਨੂੰ ਸਮਾਂ ਦੇ ਪਾਉਣਗੇ, ਕਦੋਂ ਆਉਣਗੇ, ਕਿੰਨਾ ਵਾਰ ਆਉਣਗੇ? ਬਿਲਕੁਲ ਜੀ, ਸਮਾਂ ਦੇਣਗੇ, ਸਮਾਂ ਸਾਰੇ ਕਿਤੇ ਉਹਨਾਂ ਨੇ ਦੇਣਾ ਪੈਣਾ, ਉਹਨਾਂ ਨੂੰ CM ਫੇਸ ਨੇ, ਅਤੇ ਧੂਰੀ ਲਈ ਵੀ ਸਮਾਂ ਜ਼ਰੂਰ ਕੱਢਣਗੇ। ਆ ਕੇ ਵੀ ਗਈਆਂ, 2 ਚੱਕਰ ਲਾ ਚੁੱਕੇ ਧੂਰੀ ਦੇ ਵਿੱਚ, ਹੁਣ ਥੋੜ੍ਹੇ ਦਿਨਾਂ ਦੇ ਵਿੱਚ ਹੁਣ ਵੀ ਆਉਣਗੇ। ਸਮਾਂ ਉਹਨਾਂ ਨੂੰ ਪਤਾ ਹੈ ਜੀ, ਉਹ ਸਮਾਂ ਤਾਂ ਕੱਢ ਹੀ ਲੈਂਦੇ ਆ ਹਰ ਇੱਕ ਨੂੰ ਮਿਲਣੇ। ਵੀਰ ਜੀ, ਇਹ ਤਾਂ ਉਹਨਾਂ 'ਚ ਖਾਸੀਅਤ ਹੈ, ਮਾਣ ਵੀ ਆ ਭਗਵੰਤ ਮਾਨ 'ਤੇ, ਵੈਸੇ ਤਾਂ ਸਾਰਿਆਂ ਨੂੰ ਮਾਣ ਹੁੰਦਾ। ਬਿਲਕੁਲ, ਇਹੋ ਜਿਹੇ ਭਰਾ, ਪਰਿਵਾਰਿਕ ਮੈਂਬਰ, ਬਿਲਕੁਲ ਜੀ, ਜਿਹੋ ਜਿਹੇ ਭਰਾ ਸਾਨੂੰ ਮਿਲੇ ਆ, ਇਹੋ ਜਿਹੇ ਭਰਾ ਨੇ ਜਿਹੜੇ, ਉਹ ਵਾਹਿਗੁਰੂ ਹਰ ਇੱਕ ਨੂੰ ਦੇਵੇ ਜੀ, ਹਰ ਇੱਕ ਦੀ ਫੈਮਿਲੀ 'ਚ ਹੋਣ। ਭਰਾ ਬਹੁਤ ਵਧੀਆ ਨੇ, ਉਹ ਲੋਕਾਂ ਲਈ, ਲੋਕਾਂ ਦੀ ਆਵਾਜ਼ ਸੁਣ ਕੇ ਕੰਮ ਕਰਨਗੇ। ਇਹ ਲੋਕ ਵਿਸ਼ਵਾਸ ਕਰਦੇ ਨੇ ਅਤੇ ਉਹ ਲੋਕਾਂ ਦੀਆਂ ਉਮੀਦਾਂ 'ਤੇ ਬਿਲਕੁਲ ਖਰੇ ਉਤਰਨਗੇ। ਲੱਖਾ ਜੀ, ਜਿਸ ਢੰਗ ਦੇ ਨਾਲ ਤੁਹਾਡੀ, ਤੁਹਾਡੇ ਪਰਿਵਾਰ ਨੇ ਕਹਿੰਦੇ ਆਮ ਆਦਮੀ ਪਾਰਟੀ ਨੂੰ ਧੂਰੀ ਦੇ ਵਿੱਚ ਖੜਾ ਕੀਤਾ, ਕਿੰਨੀ ਸੱਚਾਈ ਇਸ ਗੱਲ ਦੇ ਵਿੱਚ? ਇਹ ਤਾਂ ਲੋਕ ਦੱਸ ਹੀ ਰਹੇ ਨੇ, ਲੋਕਾਂ ਨੂੰ ਲੋਕ ਦੱਸਣਗੇ, ਅਸੀਂ ਤਾਂ ਆਪਣੇ ਮੂੰਹ ਤੋਂ ਕੀ ਕਹਿ ਸਕਦੇ ਹਾਂ। ਇਹ ਵੀ ਗੱਲ ਸੀਗੀ ਕਿ ਤੁਹਾਨੂੰ ਟਿਕਟ ਮਿਲਣੀ ਚਾਹੀਦੀ ਸੀ, ਤੁਸੀਂ ਚਾਹੁੰਦੇ ਵੀ ਸੀਗੇ ਕਿ ਇਸ ਪਰਿਵਾਰ 'ਚ ਟਿਕਟ ਮਿਲੇ, ਪਰ ਭਗਵੰਤ ਮਾਨ ਨੂੰ ਦਿੱਤੀ। ਹੁਣ ਵੀ ਅਸੀਂ ਉਹਦੇ MLA ਅਸੀਂ ਹੋਵਾਂਗੇ, ਅਸੀਂ ਹੋਏ ਉਹਦੇ ਦੇ MLA। ਇਹ ਭਗਵੰਤ ਮਾਨ ਜੀ ਸਾਨੂੰ ਪੂਰਾ ਭਰੋਸਾ ਦੇ ਕੇ ਵੀ ਗਏ ਨੇ, ਔਰ ਅਸੀਂ ਉਹਨਾਂ ਤੋਂ ਉਮੀਦ ਵੀ ਕਰਦੇ ਹਾਂ
और उरे दे एमएलए असी होवांगे सारा चल रहे हो तुसी हुण पूरा दिलों ना शहर होगा बिल्कुल सारा शहर ही उरे दा एमएलए होगा कल्ले भगवंत मान जी नहीं देखो जदों बंदा सीएम बन जांदा ना उहनां कोल जिम्मेवारियां बहुत हुंदियां ने इस करके मतलब सानू तां सानू उहनां ने इही गल कही है भी तुसी सीएम बनो ते तुसी चंडीगढ़ रहो चाहे संगरूर रहो ते धूरी असी सानू कोई लांभा नहीं आउण देवांगे हां बिल्कुल ठीक है गोल्डी जी कहिंदे कि मैं धूरी दा पुत्तर तां भगवंत मान बाहर ले ते सारे तां ओह सीएम बन नहीं सकदे ओह तां इक्को ही बनूगा सीएम तां ਉਹਨਾਂ ਦੇ ਆਪਣੇ ਕਰਮਾਂ ਦੇ ਵਿੱਚ ਧੂਰੀ ਬਹੁਤ ਭਾਗਾਂ ਵਾਲੀ ਆ ਜਿਨ੍ਹਾਂ ਦੇ ਹਿੱਸੇ ਦੇ ਵਿੱਚ ਸੀਐਮ ਦਾ ਚਿਹਰਾ ਆਇਆ ਹੈਗਾ 2014 'ਚ ਜਿੱਤੀ ਧੂਰੀ 2019 'ਚ ਵੀ ਜਿੱਤੀ ਪਰ 2017 'ਚ ਨਹੀਂ ਜਿੱਤ ਸਕੇ 2017 'ਚ ਜਿੱਤਣ ਦੀ ਥੋੜ੍ਹੀ ਜਿਹੀ ਮਤਲਬ ਇਹ ਸੀ ਵੀ ਸਾਡੇ ਕਿਤੇ ਨਾ ਕਿਤੇ ਰਹਿ ਜਾਂਦੀ ਆ ਕਮੀ ਕੋਈ ਨਾ ਕੋਈ ਪਾਰਟੀ ਦੇ ਵਿੱਚ ਉਹ ਐਤਕੀ ਦੂਰੀ 2022 'ਚ ਬਦਲੂਗਾ ਇਤਿਹਾਸ ਬਿਲਕੁਲ ਬਦਲ ਗਿਆ ਬਦਲੂਗਾ ਨਹੀਂ ਬਦਲ ਗਿਆ ਠੀਕ ਹੈ ਸਿੰਗਲਾ ਸਾਹਿਬ ਜਿਹੜਾ ਅਸੀਂ ਉੱਧਰ ਜਾ ਕੇ ਆਏ ਹਾਂ ਗੋਲਡੀ ਉਹਨੇ ਵੀ ਡੋਰ ਟੂ ਡੋਰ ਜਾ ਰਹੇ ਨੇ ਹਰ ਇੱਕ ਦਾ ਹੱਕ ਹੈਗਾ ਹੈ ਡੈਮੋਕ੍ਰੇਟਿਕ ਰਾਈਟ ਹੈਗਾ ਕਿ ਸਾਰੇ ਲੋਕਾਂ ਕੋਲ ਜਾਣਾ ਤੁਸੀਂ ਕੀ ਕਹਿ ਰਹੇ ਹੋ ਲੋਕਾਂ ਨੂੰ ਕਿ ਤੁਸੀਂ ਕੀ ਵੱਖਰਾ ਕਰਨ ਜਾ ਰਹੇ ਹੋ ਸਾਰਿਆਂ ਨੂੰ ਪਹਿਲਾਂ ਸਭ ਨੂੰ ਨਮਸਕਾਰ ਜੀ ਤੁਹਾਡਾ ਅਸੀਂ ਡੇਲੀ ਪੋਸਟਲ ਦੇ ਉਰੇ ਜੀ ਆਇਆਂ ਕਹਿੰਦੇ ਆ ਤੁਸੀਂ ਸੱਚਾਈ ਦੀ ਆਵਾਜ਼ ਉਠਾ ਰਹੇ ਹੋ ਦੇਖੋ ਜੀ ਕਹਿਣ ਵਾਲੀ ਗੱਲ ਤਾਂ ਜੀ ਤੁਸੀਂ ਪਬਲਿਕ ਨੂੰ ਪੁੱਛੋ ਪੂਰਾ ਜੋਸ਼ ਹੈ ਜੀ ਪੂਰੇ ਐਨ ਉਤਸ਼ਾਹ ਹੈ ਵੀ ਅਸੀਂ ਸਰਕਾਰ ਬਣਾਈਏ ਪੂਰੇ ਪੰਜਾਬ ਦੇ ਵਿੱਚ ਧੂਰੀ ਦੇ ਵਿੱਚ ਔਰ ਬਹੁਤ ਪਿਆਰ ਮਿਲ ਰਿਹਾ ਹੈਗਾ ਭੈਣ ਜੀ ਨੂੰ ਸਾਰੇ ਪਰਿਵਾਰ ਨੂੰ ਸਾਨੂੰ ਸਾਰਿਆਂ ਨੂੰ ਇਹ ਸਰਕਾਰ ਬਣਨੀ ਹੈ ਜੀ ਔਰ ਬਦਲਾਅ ਆਉਣਾ ਹੈਗਾ ਦਿੱਲੀ ਵਾਂਗੂ ਜੋ ਕੰਮ ਹੋ ਰਹੇ ਨੇ ਉਹ ਪੰਜਾਬ ਦੇ ਵਿੱਚ ਵੀ ਕੰਮ ਹੋਣਗੇ ਪੂਰੇ ਕੰਮ ਹੋਣਗੇ ਉਹ ਧੂਰੀ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਜਾਂਦੇ ਹਾਂ ਮੈਂ ਧੂਰੀ ਵਾਸੀਆਂ ਨੂੰ ਇਹੀ ਕਹੂੰਗੀ ਹੁਣ ਮੌਕਾ ਹੈ ਜੀ ਠੀਕ ਹੈ ਜੀ ਬਦਲਾਅ ਚਾਹੀਦਾ ਹੈਗਾ ਅਤੇ ਬਾਕੀ ਮੈਨੂੰ ਬਹੁਤਾ ਕੁਛ ਕਹਿਣ ਦੀ ਲੋੜ ਨਹੀਂ ਕਿਉਂਕਿ ਲੋਕ ਆਪ ਆ ਕੇ ਕਹਿ ਰਹੇ ਆ ਕਿ ਭੈਣ ਜੀ ਫਿਕਰ ਨਾ ਕਰੋ ਇਸ ਵਾਰ ਬਾਈ ਜੀ ਦੀ ਜਿਹੜੀ ਜਿੱਤ ਹੈ ਉਹ ਬਿਲਕੁਲ ਰਿਕਾਰਡ ਤੋੜ ਹੋਏਗੀ ਔਰ ਸਾਰੇ ਪੰਜਾਬ 'ਚ ਝਾੜੂ ਚੱਲੇਗਾ ਜੀ ਬਹੁਤ ਧੰਨਵਾਦ ਆਮ ਆਦਮੀ ਪਾਰਟੀ ਲੋਕ ਨੀਡਰ ਹੋ ਕੇ ਲੋਕ ਨੀਡਰ ਹੋ ਕੇ ਮਦਦ ਕਰ ਰਹੇ ਨੇ ਭਗਵੰਤ ਮਾਨ ਦੇ ਪਰਿਵਾਰਿਕ ਮੈਂਬਰ ਅਤੇ ਉਹਨਾਂ ਦੇ ਸਪੋਰਟਰ ਜਿਹੜੇ ਨੇ ਧੂਰੀ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਡੋਰ ਟੂ ਡੋਰ ਜਾ ਰਹੇ ਨੇ ਦਾਅਵਾ ਉਹਨਾਂ ਦਾ ਇਹੀ ਹੈ ਕਿ ਧੂਰੀ ਦੇ ਲੋਕ ਵੀ ਭਗਵੰਤ ਮਾਨ ਨੂੰ ਚੁਣਨਗੇ ਅਤੇ ਪੰਜਾਬ ਦੇ ਲੋਕ ਵੀ ਦੇਖਣਾ ਹੋਏਗਾ ਜਦੋਂ 10 ਮਾਰਚ ਨੂੰ ਨਤੀਜੇ ਆਉਣਗੇ ਕੈਮਰਾਮੈਨ ਟੋਨੀ ਦੇ ਨਾਲ ਰਣਬੀਰ ਸਿੰਘ ਰਾਣਾ